ਇਹਨਾਂ 'ਤੇ ਗੌਰ ਨਹੀਂ ਕੀਤੀ ਹੋਸਪਿਟਲਾਂ 'ਤੇ ਕਿ ਇਹ ਹਰ ਵਾਰੀ ਕੋਈ ਨਾ ਕੋਈ ਨਵਾਂ ਹੀ ਹੋਸਪਿਟਲ ਵਿਵਾਦਾਂ ਦੇ ਵਿੱਚ ਆਉਂਦਾ ਜਾਂ ਕੋਈ ਵੀ ਹੋਸਪਿਟਲ ਵਿਵਾਦਾਂ 'ਚ ਆਉਂਦਾ ਰਹਿੰਦਾ। ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਕਿ ਇੱਦਾਂ ਕੋਈ ਪਰੇਸ਼ਾਨੀ ਨਾ ਹੋ ਸਕੇ। ਇਹਦੀ ਹੋਸਪਿਟਲਾਂ ਦੀ ਸੈਟਿੰਗ ਆ ਸਰਕਾਰਾਂ ਨਾਲ ਉੱਪਰ ਤੱਕ ਹੁੰਦੀ ਹੈ, ਉਹਦੀ ਵਜ੍ਹਾ ਕਾਰਨ ਪ੍ਰਸ਼ਾਸਨ ਨੂੰ ਵੀ ਵਿੱਚ ਕੋਈ ਝੁਕਣਾ ਪੈਂਦਾ ਆ, ਕਿਉਂਕਿ ਅੱਗੇ ਵੀ ਤੁਸੀਂ ਜਲੰਧਰ ਦੇ ਵਿੱਚ ਦੇਖਿਆ ਵੀ ਨਾਮੀ ਹੋਸਪਿਟਲਾਂ ਦਾ ਉੱਥੇ ਵੀ ਇਹ ਕੰਮ ਹੋਏ ਨੇ, ਪਰ ਲੇਕਿਨ ਉਹ ਹੋਸਪਿਟਲ ਹਾਲੇ ਵੀ ਚੱਲ ਰਹੇ ਨੇ। ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ ਕਿ ਉਹਨਾਂ ਹੋਸਪਿਟਲਾਂ ਦੇ ਉੱਤੇ ਕਾਰਵਾਈ ਨਾ ਕਰਕੇ ਉਹਨਾਂ ਨੂੰ ਦੁਬਾਰਾ ਜਿਹੜਾ ਜੋ ਇਹ ਪ੍ਰਸ਼ਾਸਨ ਉਹਨਾਂ ਨੂੰ ਚੱਲਣ ਦਾ ਮੌਕਾ ਦਿੰਦਾ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਸਾਰਾ ਕੁਛ ਹੁਣ ਇਸੇ ਹੀ ਤਰ੍ਹਾਂ ਬੈਠੇ ਰਹੂੰਗੇ ਇੱਥੇ ਜਦੋਂ ਤੱਕ ਕੋਈ ਸਾਨੂੰ ਕੋਈ ਆਸ਼ਵਾਸਨ ਨਹੀਂ ਮਿਲਦਾ ਵੀ ਹੋਸਪਿਟਲ ਦੀ ਕਾਰਵਾਈ ਕੀਤੀ ਗਈ ਆ, ਉਹ ਤੱਕ ਅਸੀਂ ਬੈਠੇ ਹਾਂ। ਡੈੱਡ ਬੋਡੀ ਦਾ ਸੰਸਕਾਰ, ਡੈੱਡ ਬੋਡੀ ਦਾ ਸੰਸਕਾਰ ਮੈਂ ਪਈ ਰਹੇਗੀ ਹਲੇ ਕੋਈ ਗੱਲ ਨਹੀਂ ਕਰਾਂਗੇ, ਫਿਰ ਸੰਸਕਾਰ ਇੱਥੇ ਕਰਦੇ ਹਾਂ ਪੂਰਾ ਮਾਮਲਾ ਕੋਰਟ ਦੱਸ ਦਿਓ। ਮਾਮਲਾ ਸਰ ਇਹ ਆਪਣਾ ਮੇਰਾ ਬ੍ਰਦਰ ਹੈ, ਆਪਾਂ ਲੈ ਕੇ ਆਏ ਸੀ ਇੱਥੇ ਹੋਸਪਿਟਲ, ਮੇਰਾ ਭਤੀਜਾ ਲੈ ਕੇ ਆਇਆ ਸੀ, ਉਹਨੇ ਡਾਕਟਰ ਨੇ ਪੁੱਛਿਆ ਵੀ ਇਹਨੂੰ ਪਰੇਡ ਕਰਨਾ ਪਊਗਾ, ਪਰੇਡ ਕਰਾ ਜੀ ਇਹਨੂੰ ਕਰਨੀ ਆ, ਉਹ ਪਰੇਡ ਕਰ ਦਿੱਤਾ ਉਹਨੇ, ਕੋਈ ਕੋਈ ਪਰੇਡ ਠੀਕ ਨਹੀਂ ਹੋਇਆ, ਪਰੇਡ ਗਲਤ ਹੋਇਆ, ਕਰਨਾ ਹਰਨੀਆਂ ਦਾ ਬਾਅਦ ਜੋ ਪਰੇਡ ਕਰਨ ਤੋਂ ਬਾਅਦ ਕਹਿ ਰਿਹਾ ਹਰਨੀਆਂ ਦਾ ਪਰੇਸ਼ਨ ਹੋਣ, ਪਰੇਡ ਕਰ ਦਿੱਤਾ ਤੂੰ ਕਾਹਦਾ ਕੱਟਤਾ ਪਰੇਡ, ਕਹਿੰਦਾ ਜੀ ਮੈਂ ਪਤਾ ਨਹੀਂ ਕੀ ਕੱਟ ਦਿੱਤਾ ਉੱਥੋਂ, ਇੰਨੀ ਸਾਨੂੰ ਉਹ ਕੱਢ ਕੇ ਦੱਸੀ, ਉਹ ਪਤਾ ਨਹੀਂ ਕਿਹੜੀ ਚੀਜ਼ ਉਹਨੇ ਕੱਟਤੀ, ਉਹਦੇ ਨਾਲ ਇਨਫੈਕਸ਼ਨ ਉਹਨੂੰ ਵੱਧ ਗਈ, ਔਰ ਗਲਤ ਦਵਾਈਆਂ ਜਿਹੜੀਆਂ ਐਕਸਪਾਇਰ ਡੇਟ ਦੀਆਂ ਗਲੂਕੋਜ਼ ਵਗੈਰਾ ਵਗੈਰਾ ਜੋ ਕਈ ਧੱਕੇ ਵੀ ਮਾਰੇ, ਦੋ ਬੰਦੇ ਇੱਥੇ ਪੈ ਵੀ ਗਏ, ਬਹੁਤ ਬੜੀ ਮੁਸ਼ਕਲ ਕੁਝ ਨੰਬਰ ਥਾਣੇ 'ਚ ਰਿਟਰਨ ਸੀ, ਉਹ ਬਹੁਤ ਜ਼ਿਆਦਾ ਐਕਸਪਾਇਰ ਡੇਟ ਦੀ ਉੱਥੇ ਜਮ੍ਹਾਂ ਵੀ ਕਰਾਈ ਹੋਈ ਹੈ, ਬਟ ਆਪਾਂ ਫਿਰ ਇਹਨੂੰ ਦਵਾਈਆਂ ਜੋ ਗਲਤ ਲਾ ਤਾ, ਆਪਾਂ ਫਿਰ ਇਹਨੂੰ ਹੋਰ ਕਿਤੇ ਲੈ ਗਏ, ਅਸੀਂ ਉੱਥੇ ਜੋ ਲੈ ਗਏ ਉਹਨਾਂ ਨੇ ਸਾਨੂੰ ਹੋਸਪਿਟਲਾਂ 'ਚ ਕਿਹਾ ਵੀ ਤੁਹਾਡਾ ਬੰਦਾ ਸਿੱਖ ਹੈ ਬਿਲਕੁਲ, ਤੁਸੀਂ ਆਪਣੇ ਰਿਸਕ 'ਤੇ ਜੇ ਤੁਸੀਂ ਦਾਖਲ ਹੋ ਤਾਂ ਕਰ ਲੈਂਦੇ ਹਾਂ, ਜੇ ਬਚ ਗਿਆ ਤਾਂ ਤੁਹਾਡਾ, ਅੱਬਲ ਤੇਰੀ ਮੀਚ ਕੋਈ ਨਹੀਂ ਹੈਗੀ, ਜੋ ਪਰੇਡ ਹੋਇਆ ਗਲਤ ਹੈ। ਪਰੇਡ ਕਿੰਨਾ ਵੱਲੋਂ ਕੀਤਾ ਗਿਆ? ਪਰੇਡ ਡਾਕਟਰ ਸੂਦ, ਹਰਜੀਤ ਸੂਦ। ਹੋਸਪਿਟਲ ਕਿਹੜਾ? ਸੂਦ, ਇਹ ਸੂਦ ਹੋਸਪਿਟਲ। ਠੀਕ ਹੈ, ਡਾਕਟਰ ਦਾ ਨਾਮ? ਹਰਜੀਤ ਸੂਦ। ਹਰਜੀਤ ਸੂਦ।